ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਐਮਨ ਮਲਹੋਤਰਾ। ਲੈ ਕੇ ਆਇਆ ਤੁਹਾਡੇ ਲਈ ਛੋਟੀ ਜਿਹੀ ਕਮੇਡੀ ਜਨਾਨੀਆਂ ਦੇ ਬੇਸ ਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਨਾਨੀਆਂ ਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਕਿ ਉਹਨਾਂ ਕੋਲ ਚੁੱਪ ਨਹੀਂ ਰਹਿਣ ਹੁੰਦਾ। ਭਾਵੇਂ ਭਾਜੀ ਕਿਸੇ ਦੇ ਘਰ ਮਰਗ ਹੋਏ, ਭਾਵੇਂ ਕਿਸੇ ਦੇ ਘਰ ਕੋਈ ਨਿਆਣਾ ਜੰਮਦਾ ਹੈ, ਇਹਨਾਂ ਦਾ ਸਟਾਈਲ ਇੱਕੋ ਜਿਹਾ ਹੁੰਦਾ। ਬਸ ਕਟਰ ਮਟਰ ਕਟਰ ਪਟਰ ਕਟਰ ਪਟਰ ਕਟਰ ਪਟਰ, ਬਸ ਬੋਲਦੇ ਰਹਿਣਗੇ, ਚੁੱਪ ਦਾ ਨਾ ਨਹੀਂ। ਇਹ ਇੱਕੋ ਵਾਰੀ ਚੁੱਪ ਕਰਦੀ ਹੈ ਜਿਸਲੇ ਤੁਹਾਨੂੰ ਮਰਾਜਾ ਲੈਣ ਆਉਂਦਾ। ਭਾਜੀ ਕੱਲ੍ਹ ਦੀ ਗੱਲ ਹੈ ਕਿ ਮੇਰੇ ਕਿਸੇ ਰਿਲੇਟਿਵ ਦੇ ਘਰ ਡੈਥ ਹੋ ਗਈ। ਮੈਂ ਉਹਨਾਂ ਦੇ ਘਰ ਗਿਆ, ਉੱਥੇ ਕਾਫੀ ਜਨਾਨੀਆਂ ਆਈ ਗਈਆਂ ਸੀ, ਜੁੰਡ ਬੈਠਿਆ ਜਨਾਨੀਆਂ ਦਾ। ਹੁਣ ਇੱਕ ਜਨਾਨੀ ਇੱਧਰ ਬੈਠੀ ਹੈ, ਇੱਕ ਜਨਾਨੀ ਇੱਧਰ ਬੈਠੀ ਹੈ। ਦੂਸਰੀ ਜਨਾਨੀ ਨੇ ਕੋਟੀ ਬੜੀ ਵਧੀਆ ਪਾਈ ਦੀ, ਘਰ ਬੁਣੀ ਦੀ, ਉਹਦੀ ਬੁਣਤੀ ਬੜੀ ਸਹੀ ਪੇ ਦੀ। ਹੁਣ ਇੰਨੇ ਜਨਾਨੀ ਨੇ ਉਹਨੂੰ ਪੁੱਛਣਾ ਸੀ ਕਿ ਭੈਣ ਜੀ ਇਹ ਬੁਣਤੀ ਕਿਵੇਂ ਪਾਈ ਦੀ ਹੈ, ਡਿਜ਼ਾਇਨ ਬੜਾ ਸੋਹਣਾ। ਪਰ ਡਾਇਰੈਕਟ ਪੁੱਛੇ ਨਹੀਂ, ਅਗਰ ਡਾਇਰੈਕਟ ਪੁੱਛਦੀ ਹੈ ਤਾਂ ਬਾਕੀ ਵਾਲੀਆਂ ਫੀਲ ਕਰਦੀਆਂ, ਯਾਰ ਇਹਦੇ ਘਰ ਮਰਗ ਹੋਈ ਦੀ, ਇਹਨੂੰ ਕੋਟੀ ਦੀ ਪੇ ਦੀ ਹੈ। ਉਹਨੇ ਫਿਰ ਦੇਖੋ ਉਹਦਾ ਐਕਸਪੀਰੀਅੰਸ, ਉਹਨੇ ਕੀਰਨੇ ਪਾਉਂਦੇ ਪੁੱਛਿਆ ਉਹਨੂੰ, ਉਹ ਇਹ ਪੁੱਛਿਆ, ਇਹ ਭੈਣੇ ਤੂੰ ਸਵੈਟਰ ਦੀ ਬੁਣਤੀ ਕਿਵੇਂ ਪਾਈ, ਇਹ ਭੈਣੇ ਤੂੰ ਸਵੈਟਰ ਦੀ ਬੁਣਤੀ ਕਿਵੇਂ ਪਾਈ। ਅਗਲੀ ਜਨਾਨੀ ਵੀ ਐਕਸਪਰਟ, ਉਹਨੇ ਝੱਟ ਜਵਾਬ ਦਿੱਤਾ, ਕਹਿੰਦੀ ਭੈਣ ਸੋ ਕੁਰੇ ਸਿੱਧੇ ਤੇ ਸੋ ਕੁਰੇ ਪੁੱਠੇ, ਸੋ ਕੁਰੇ ਸਿੱਧੇ ਤੇ ਦੋ ਕੁਰੇ ਪੁੱਠੇ, ਭੈਣ ਸੋ ਕੁਰੇ ਸਿੱਧੇ ਤੇ ਦੋ ਕੁਰੇ ਪੁੱਠੇ। ਹੁਣ ਉਹਦੀ ਦੋਨਾਂ ਜਨਾਨੀ ਆਪੂ ਚ ਬਾਬੂ। ਹੁਣ ਇਹਨੂੰ ਜਨਾਨੀ ਨੂੰ ਲੱਗੀ ਦੀ ਭੁੱਖ, ਦੂਜੀ ਜਨਾਨੀ ਨੂੰ ਪੁੱਛਦੀ ਕੀਰਨੇ ਪਾਈਏ, ਇਹ ਭੈਣ ਭੁੱਖ ਬੜੀ ਲੱਗੀ ਦੀ ਐ ਤੇ ਖਾਏਗੀ ਕੇ ਕੇ ਮਰੇ ਦਾ ਐ। ਅਗਲੀ ਜਨਾਨੀ ਨੇ ਫੱਟ ਜਵਾਬ ਦਿੱਤਾ, ਕਹਿੰਦੀ ਭੈਣ ਆਈ ਮੈਂ ਦਿੱਖੀ ਐ ਉਧਰੋਂ। ਜਨਾਨੀ ਉੱਠੀ, ਜਿੱਧਰ ਰੋਟੀ ਬਣ ਰਹੀ ਸੀ ਚੱਕਰ ਲਾਈ ਆਈ, ਫੜਫੜ ਆਈ ਬੈਠੀ। ਇਹਨੂੰ ਜਨਾਨੀ ਦੁਬਾਰਾ ਪੁੱਛਿਆ, ਇਹ ਭੈਣ ਦਿੱਖਿਆ ਖਾਏਗੀ ਕੇ ਕੇ ਮਰੇ ਦਾ ਐ। ਅਗਲੀ ਜਨਾਨੀ ਨੇ ਫੱਟ ਦੋਤੀ ਲਾਈ, ਕਹਿੰਦੀ ਭੈਣ ਪੂੜੀਆਂ ਤੇ ਚੋਲ ਨਾਲੇ ਮਟਰ ਪਨੀਰ, ਦਹੀਂ ਵਾਲੇ ਪੱਲੇ ਨਾਲੇ ਦੁੱਧ ਵਾਲੀ ਖੀਰ, ਪੂੜੀਆਂ ਤੇ ਚੋਲ ਨਾਲੇ ਮਟਰ ਪਨੀਰ, ਦਹੀਂ ਵਾਲੇ ਪੱਲੇ ਨਾਲੇ ਦੁੱਧ ਵਾਲੀ ਖੀਰ। ਥੈਂਕ ਯੂ ਭਾਜੀ, ਅਗਰ ਤੁਹਾਨੂੰ ਪਸੰਦ ਆਇਆ ਤਾਂ ਵੱਧ ਵੱਧ ਲਾਈਕ ਕਰੋ, ਵੱਧ ਵੱਧ ਸ਼ੇਅਰ ਕਰੋ। ਥੈਂਕ ਯੂ।